ਇਹ ਜਿਹੜੇ ਦੁਨੀਆ 'ਚ ਪਰੇਸ਼ਾਨ ਲੋਕ ਨੇ, ਇਹ ਜਿਹੜੇ ਮੁਸੀਬਤਾਂ ਦੇ ਮਾਰੇ ਲੋਕ ਨੇ, ਇਹ ਜਿਹੜੇ ਦੁਨੀਆ 'ਚ ਦੁਖੀ ਲੋਕ ਨੇ, ਵੀਡੀਓ ਤਵੱਜੋ ਨਾਲ ਸੁਣ ਲਓ, ਤੁਹਾਡਾ ਫਾਇਦਾ ਜੇ। ਇੱਕ ਬਾਬਾ ਮਹਿੰਗਾ ਦਰਵੇਸ਼ ਹੈ, 100 ਸਾਲ ਤੋਂ ਜ਼ਿਆਦਾ ਉਮਰ ਹੈ, ਬਾਬਾ ਜੀ ਤਵੀਜ਼ ਧਾਗਾ ਨਹੀਂ ਦਿੰਦਾ, ਬਾਬਾ ਜੀ ਪੈਸੇ ਵੀ ਨਹੀਂ ਲੈਂਦਾ, ਬਾਬਾ ਜੀ ਸਿਰਫ ਅੱਲਾ ਅੱਗੇ ਦੁਆ ਕਰਦਾ, ਸੁਬਹਾਨ ਅੱਲਾ, ਮਾਲਕ ਬਾਬੇ ਮਹਿੰਗੇ ਦੀ ਦੁਆ ਕਬੂਲ ਕਰ ਲੈਂਦਾ ਜੇ। ਭਾਈਜਾਨ, ਬਾਬੇ ਦਾ ਐਡਰੈਸ ਨੋਟ ਕਰ ਲਓ, ਚੀਚਾ ਵਤਨੀਓ ਬੂਰੇਵਾਲਾ ਰੋਡ ਅੱਡਾ ਗਾਜ਼ੀਆਬਾਦ 'ਤੇ ਲੈਣਾ। ਬਾਬੇ ਦਾ 20 ਚੱਕ ਜੇ, 20 ਚੱਕ। ਬਾਬਾ ਮਹਿੰਗਾ ਦਰਵੇਸ਼ ਆ ਭਾਈਜਾਨ। ਭਾਈਜਾਨ, ਬਾਬਾ ਮਹਿੰਗਾ ਕਿਸੇ ਨੂੰ ਚੀਨੀ ਦਮ ਕਰਕੇ ਦੇ ਦਿੰਦਾ, ਕਿਸੇ ਨੂੰ ਪਾਣੀ ਪਿਆ ਦਿੰਦਾ, ਕਿਸ 'ਤੇ ਰੇਤਾ ਸੁੱਟ ਦਿੰਦਾ, ਕਿਸੇ ਦੇ ਸੋਟੀਆਂ ਮਾਰਦਾ, ਕਿਸੇ ਨੂੰ ਗਾਲਾਂ ਕੱਢਦਾ। ਅੱਲਾ ਪਾਕ ਨੇ ਉਹਨਾਂ ਗੱਲਾਂ 'ਚ ਸ਼ਫਾ ਰੱਖੀ ਹੈ। ਇਹ ਜਿਹੜੀਆਂ ਬੰਦਿਆਂ ਨੂੰ ਨੌਕਰੀਆਂ ਨਹੀਂ ਲੱਭਦੀਆਂ, ਜਿਹੜੇ ਮਰੀਜ਼ ਨੇ, ਜਿਹੜੇ ਪਰੇਸ਼ਾਨ ਲੋਕ ਨੇ, ਭਾਈਜਾਨ ਚੀਚਾ ਵਤਨੀਓ ਬੂਰੇਵਾਲਾ ਰੋਡ ਅੱਡਾ ਗਾਜ਼ੀਆਬਾਦ ਪਿੰਡ VRL ਬਾਬਾ ਮਹਿੰਗਾ ਦਰਵੇਸ਼, ਇਹ ਜਿਹੜੇ ਅਰਬੀ ਕੰਟਰੀ 'ਚ ਲੋਕ ਨੇ, ਜਿਨ੍ਹਾਂ ਦੇ ਉੱਥੇ ਕਾਰੋਬਾਰ ਨਹੀਂ ਚੱਲ ਰਹੇ, ਜਿਨ੍ਹਾਂ ਨੂੰ ਉੱਥੇ ਨੌਕਰੀਆਂ ਨਹੀਂ ਲੱਭ ਰਹੀਆਂ, ਭਾਈਜਾਨ ਪਾਕਿਸਤਾਨ 'ਚ ਕੋਈ ਤੁਹਾਡੇ ਤਲਕ ਵਾਲਾ ਬੰਦਾ ਹੋਵੇ, ਵੀਡੀਓ ਕਾਲ 'ਤੇ ਜਾ ਕੇ ਦਵਾ ਕਰਵਾ ਦੇਵੇ, ਅੱਲਾ ਦੇ ਹੁਕਮ ਨਾਲ ਤੁਹਾਡਾ ਕਾਰੋਬਾਰ ਵੀ ਚੱਲੇਗਾ, ਤੁਹਾਨੂੰ ਨੌਕਰੀਆਂ ਵੀ ਲੱਭਣਗੀਆਂ। ਭਾਈਜਾਨ, ਹਜ਼ਾਰਾਂ ਬੰਦਿਆਂ ਨੂੰ ਫਾਇਦਾ ਹੋ ਰਿਹਾ, ਸਾਨੂੰ ਫਾਇਦਾ ਹੋਇਆ। ਅੱਲਾ ਪਾਕ ਨੇ ਬਾਬੇ ਮਹਿੰਗੇ ਕੋਲੋਂ ਅਸੀਂ ਦਵਾ ਕਰਵਾਈ, ਦਵਾ ਅੱਲਾ ਪਾਕ ਨੇ ਕਬੂਲ ਕੀਤੀ ਅਤੇ ਅਸੀਂ ਵੀਡੀਓ ਬਣਾ ਰਹੇ ਹਾਂ। ਇਹ ਜਿਹੜੇ ਬੰਦੇ ਪਰੇਸ਼ਾਨ ਨੇ ਭਾਈਜਾਨ, ਇੱਕ ਵਾਰੀ ਬਾਬੇ ਮਹਿੰਗੇ ਕੋਲ ਜ਼ਰੂਰ ਜਾਣਾ, ਅੱਲਾ ਦੇ ਹੁਕਮ ਨਾਲ ਤੁਸੀਂ ਮੈਨੂੰ ਵੀ ਦੁਆਵਾਂ ਦਿਓਗੇ। ਕਿਸੇ ਬੰਦੇ ਨੇ ਵੀਡੀਓ ਸਹੀ ਬਣਾਈ ਸੀ ਭਾਈਜਾਨ, ਜੇ ਭੁੱਲ ਜਾਓ ਨਾ, ਨਜ਼ੀਰ ਅਹਿਮਦ ਮੇਰਾ ਨਾਮ ਹੈ, ਆਰਫ ਵਾਲਾ ਮੇਰਾ ਸ਼ਹਿਰ ਹੈ। ਨੰਬਰ ਨੋਟ ਕਰ ਲਓ, 0301-2584-766। ਭਾਈਜਾਨ, ਅੱਲਾ ਪਾਕ ਬਾਬੇ ਮਹਿੰਗੇ ਦੀ ਦਵਾ ਬੜੀ ਕਬੂਲ ਕਰਦਾ। ਜਿਹੜਿਆਂ ਬੰਦਿਆਂ ਦੇ ਕਾਰੋਬਾਰ ਨਹੀਂ ਚੱਲਦੇ, ਜਿਹੜੇ ਮੁਸੀਬਤਾਂ ਦੇ ਮਾਰੇ ਦੁਖੀ ਲੋਕ ਨੇ, ਭਾਈਜਾਨ ਚੀਚਾ ਵਤਨੀ ਜਾਓ, ਅੱਡੇ ਗਾਜ਼ੀਆਬਾਦ 'ਤੇ ਤੁਸੀਂ ਜਾਣਾ, 20 ਚੱਕ ਜੇ ਬਾਬੇ ਦਾ, 100 ਸਾਲ ਤੋਂ ਜ਼ਿਆਦਾ ਉਮਰ ਹੈ, ਬਾਬਾ ਪੈਸੇ ਨਹੀਂ ਲੈਂਦਾ, ਬਾਬਾ ਤਵੀਜ਼ ਧਾਗਾ ਨਹੀਂ ਦਿੰਦਾ, ਕੋਈ ਪਕੌੜੇ ਲੈ ਜਾਓ ਥੋੜ੍ਹੇ ਜਿਹੇ, ਅੱਧਾ ਕਿਲੋ ਚੀਨੀ ਲੈ ਜਾਓ, ਬਾਬੇ ਨੂੰ ਫੜਾ ਕੇ ਚੁੱਪ ਕਰਕੇ ਬਹਿ ਜਾਓ। ਸਵਾਲ ਜਵਾਬ ਨਹੀਂ ਕਰਨਾ ਵੀ ਅਸੀਂ ਇਸ ਕੰਮ ਵਾਸਤੇ ਆਏ ਹਾਂ। ਉਹ ਭਾਈਜਾਨ, ਜਿੰਨੀਆਂ ਗੱਲਾਂ ਦੀ ਮੈਂ ਵੀਡੀਓ ਬਣਾ ਰਿਹਾ, ਸਾਰੀਆਂ ਗੱਲਾਂ ਸੁਣ ਰਿਹਾ। ਅੱਲਾ ਪਾਕ ਦੇ ਨਾਲ ਬਾਬਾ ਜੀ ਦੀ ਡਾਇਰੈਕਟ ਗੱਲ, ਜੇ ਮੇਰੀ ਵੀਡੀਓ ਝੂਠੀ ਨਹੀਂ ਹੈ, ਮੇਰੀ ਵੀਡੀਓ ਗਲਤ ਨਹੀਂ ਹੈ, ਜਾ ਕੇ ਮੀਡੀਆ ਚੈੱਕ ਕਰ ਲਵੇ, ਮੇਰੀ ਵੀਡੀਓ ਗਲਤ ਹੋਵੇ, ਮੈਂ 25 ਸਾਲ ਸਜ਼ਾ ਭੁਗਤਾਂਗਾ। ਮੇਰੇ 'ਤੇ ਮੁਸੀਬਤ ਆਈ ਸੀ, ਮੇਰੇ 'ਤੇ ਪਰੇਸ਼ਾਨੀ ਆਈ ਸੀ, ਅਸੀਂ ਬਾਬੇ ਕੋਲੋਂ ਜਾ ਕੇ ਦਵਾ ਕਰਵਾਈ ਅਤੇ ਅੱਲਾ ਪਾਕ ਨੇ ਸਾਡੇ 'ਤੇ ਰਹਿਮਤ ਕਰ ਦਿੱਤੀ ਹੈ। ਭਾਈਜਾਨ, ਕਿਸੇ ਦੇ ਦਰਵਾਜ਼ੇ ਅੱਗੇ ਨਹੀਂ ਖੜੋਣਾ, ਬਾਬੇ ਮਹਿੰਗੇ ਦਾ ਕਮਰਾ ਜੇ ਪਿੰਡ ਦੇ ਵਿੱਚ, ਜਿਹੜੀ ਵੀ ਗੱਲਬਾਤ ਹੈ ਉੱਥੇ ਬਹਿ ਜਾਓ, ਬਾਬੇ ਦੀਆਂ ਗੱਲਾਂ ਨੋਟ ਕਰੋ, ਬਾਬਾ ਕਹਿੰਦਾ ਕੀ ਪਿਆ, ਬਾਬਾ ਜਦੋਂ ਕਵੇ ਨਾ ਭੱਜੋ, ਭਾਈਜਾਨ ਤੁਸੀਂ ਚਲੇ ਜਾਣਾ, ਅੱਲਾ ਦੇ ਹੁਕਮ ਨਾਲ ਤੁਹਾਡਾ ਕੰਮ ਹੋ ਜਾਏਗਾ। ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਭਾਈਜਾਨ।